ਇਹ ਪ੍ਰੈਸ ਕਾਨਫਰੰਸ ਤੇ ਰੇਲ ਰੋਕੋ ਸਾਨੂੰ ਤਾਂ ਕਰਨਾ ਪਿਆ ਕਿਉਂ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਨੁਮਾਇੰਦਗੀ ਕਰਦੀ ਹੈ ਸੈਂਟਰ ਦੇ ਵਿੱਚ, ਇਹ ਵੀ ਸਾਡੀ ਗੱਲ ਨਹੀਂ ਕਰਦੀ ਤੇ ਸੈਂਟਰ ਦੇ ਵਿੱਚ ਵੀ ਗੱਲ ਨਹੀਂ ਹੁੰਦੀ ਸਿੱਖ ਕੌਮ ਦੀ, ਮੈਨੂੰ ਬੋਲਣ ਵੀ ਦਿੰਦੇ ਪਾਰਲੀਮੈਂਟ ਦੇ ਵਿੱਚ, ਜਦਕਿ ਮੈਂ ਤੁਹਾਡਾ MP ਹੈ ਅਤੇ ਫਰਜ਼ ਹੈ ਜਮਹੂਰੀਅਤ ਦੇ ਵਿੱਚ ਕਿ MP ਆਪਣੇ ਇਲਾਕੇ ਦਾ ਦੁੱਖ ਤਕਲੀਫ ਦੱਸ ਸਕੇ। ਸਾਨੂੰ ਕਹਿ ਦਿੰਦੇ ਹੈ ਕਿ ਜੀ ਲੋਕ ਬਹੁਤ ਔਖੇ ਹੋਣਗੇ ਜੇ ਤੁਸੀਂ ਗੱਡੀਆਂ ਰੋਕੀਆਂ ਜਾਂ ਤੁਸੀਂ ਟ੍ਰੇਨਾਂ ਰੋਕੀਆਂ ਜਾਂ ਲੋਅ ਐਂਡ ਆਰਡਰ ਦਾ ਹੋ ਜੂਗਾ, ਪਰ ਇਹ ਸਾਡੇ ਗੈਰ ਸਿੱਖ ਹਕੂਮਤ ਇਹ ਨਹੀਂ ਸੋਚਦੀ ਕਿ ਸਿੱਖਾਂ ਨੂੰ ਦੁੱਖ ਕਾਹਦਾ। ਹੁਣ 32-32 ਸਾਲਾਂ ਤੋਂ ਸਾਡੇ ਸਿੱਖ ਬੰਦੀ ਬਣਾਏ ਬੈਠੇ ਹੈ, ਉਹਨਾਂ ਨੂੰ ਛੱਡਦੇ ਨਹੀਂ ਹੈਗੇ। ਤਿਹਾਰ ਜੇਲ੍ਹ ਦੇ ਵਿੱਚ ਸਾਡੇ ਤਖ਼ਤ ਦੇ ਜਥੇਦਾਰ ਹਵਾੜਾ ਸਾਹਿਬ ਬੈਠੇ ਹੈ, ਫਿਰ ਉੱਥੇ ਮਲਿਕ ਬੈਠਾ ਹੈ ਕਸ਼ਮੀਰ ਦਾ, ਸ਼ਬੀਰ ਸ਼ਾਹ ਬੈਠਾ ਹੈ, ਫਿਰ ਡਿਬਰੂਗੜ੍ਹ ਦੇ ਵਿੱਚ ਸਾਰੇ ਬੈਠੇ ਹੈ ਆਪਣੇ ਪੰਜਾਬ ਦੇ ਵਾਰਸ ਪੰਜਾਬ ਦੇ, ਉਹ ਭੁੱਖ ਹੜਤਾਲ ਦੇ ਉੱਤੇ ਹੈ। ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠੇ ਹੈ ਵਾਰਸ ਪੰਜਾਬ ਦੇ, ਉਹ ਵੀ ਭੁੱਖ ਹੜਤਾਲ 'ਤੇ ਹੈ। ਮੈਂ ਮੰਗਦਾ ਇਜਾਜ਼ਤ ਕਿ ਡਿਬਰੂਗੜ੍ਹ ਜਾਣ ਦੀ, ਅੰਮ੍ਰਿਤਸਰ ਜੇਲ੍ਹ ਜਾਣ ਦੀ, ਤਿਹਾਰ ਜੇਲ੍ਹ ਜਾਣ ਦੀ, ਉਹ ਬਤੌਰ ਮੈਨੂੰ MP ਦਿੰਦੇ ਨਹੀਂ। ਤਾਂ ਮੇਰਾ ਮਤਲਬ ਹੈ ਕਿ ਸਾਡੇ ਦੁੱਖ ਤਕਲੀਫਾਂ ਦਾ ਪਤਾ ਕਿਵੇਂ ਲੱਗੂ ਕਿਸੇ ਨੂੰ ਕਿ ਜੇ ਸਿੱਖਾਂ ਦਾ ਨੁਮਾਇੰਦਾ ਉੱਥੇ ਜਾਵੇ ਨਾ। ਸਾਡੇ ਕੋਲ ਸੀਨੀਅਰ ਪੁਲਿਸ ਅਫਸਰਾਂ ਦੇ ਟੈਲੀਫੋਨ ਆਉਂਦੇ ਆ ਜੀ ਲੋਕ ਬਹੁਤ ਤਕਲੀਫ ਹੋਊਗੀ, ਫਲਾਣ ਠੀਕ ਹੋਊਗਾ। ਹੁਣ ਜੇ ਤਾਂ ਮੈਂ ਹੋਵਾਂ ਕ੍ਰਿਮੀਨਲ ਅਤੇ ਮੇਰੀ ਬਣਾਉਣਾ ਚਾਹੁਣ ਹਿਸਟਰੀ ਸ਼ੀਟ, ਅਤੇ ਮੈਂ ਕਿਹਾ ਜਨਾਬ ਮੈਂ ਅੱਗੇ ਤੋਂ ਨਹੀਂ ਕਰਦਾ ਅਤੇ ਮੇਰੀ ਹਿਸਟਰੀ ਸ਼ੀਟ ਨਾ ਬਣਾਇਓ, ਅਤੇ ਪੁਲਿਸ ਅਤੇ ਸਰਕਾਰ ਮੰਨ ਜਾਂਦੀ ਹੈ। ਪਰ ਸਾਡੇ ਕ੍ਰਿਮੀਨਲ ਇਸ਼ੂਜ ਨਹੀਂ ਹੈ, ਸਾਡੇ ਪੋਲੀਟੀਕਲ ਦੁੱਖ ਤਕਲੀਫਾਂ ਹੈਗੀਆਂ, ਸਾਡੇ ਮਜ਼ਹਬ ਦੀ, ਸਾਡੀ ਕੌਮ ਦੀ। ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਸਿੱਖਾਂ ਨੂੰ ਮੋਦੀ ਸਾਹਿਬ ਨੇ, ਫਿਰ ਹੋਮ ਮਿਨਿਸਟਰ ਨੇ, ਫਿਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਨਵੀਂ ਪੋਲਿਸੀ ਖੋਲ੍ਹੀ ਹੈ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਰਵਾ ਦਿਉ। ਹੁਣ ਕੈਨੇਡਾ ਦੇ ਵਿੱਚ ਮਰਵਾਤਾ ਇਹ ਨਿੱਜਰ ਸਾਹਿਬ ਮਰਵਾਤਾ, ਹਰਦੀਪ ਸਿੰਘ, ਰਿਪੂ ਦਮਨ ਸਿੰਘ ਮਲਿਕ ਮਰਵਾਤਾ ਕੈਨੇਡਾ ਦੇ ਵਿੱਚ, ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਰਵਾਤਾ, ਬਰਤਾਨੀਆ ਦੇ ਅਵਤਾਰ ਸਿੰਘ ਖੰਡਾ ਮਾਰਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਮਾਰਤਾ, ਲਖਬੀਰ ਸਿੰਘ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਾਰਤਾ, ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਮਾਰਤਾ, ਫਿਰ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਾਰਤਾ। 10 ਸਾਲਾਂ ਦੇ ਵਿੱਚ BJP ਨੇ ਕੋਈ ਸਾਨੂੰ ਪ੍ਰੋਜੈਕਟ ਨਹੀਂ ਦਿੱਤਾ। ਹੁਣ 46 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਹੈਗੇ, ਉਹ ਕਿੱਥੇ ਜਾਣ? ਕੋਈ ਕਿਸੇ ਨੂੰ ਨਹੀਂ ਪਤਾ ਕਿ ਕਿੱਥੇ ਉਹ ਜਾਣਗੇ ਕਿੱਥੇ ਨਹੀਂ। ਸਾਡੇ ਨਾਲ ਤਾਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈ। ਸਾਰੀ ਦੁਨੀਆ ਦੇ ਵਿੱਚ ਅੱਗ ਲੱਗੇ ਪਈ ਹੈ। ਅਮੈਰੀਕਾ ਕਹਿ ਰਿਹਾ ਕਿ ਸਾਨੂੰ ਦੱਸੋ ਕਿ ਤੁਸੀਂ ਪੰਨੂ ਨੂੰ ਜਿਹੜਾ ਮਰਵਾਉਣਾ ਸੀ ਅਮੈਰੀਕਾ ਦੇ ਵਿੱਚ, ਉਹ ਤਾਂ ਅਸੀਂ ਫੜ ਲਿਆ, ਪਰ ਇਹ ਸਕੀਮ ਕਿੱਥੇ ਘੱਟ ਹੋਈ ਹੈ? ਅਜੇ ਤੱਕ ਅਮੈਰੀਕਾ ਨੂੰ ਰਿਪੋਰਟ ਹੀ ਨਹੀਂ ਦਿੱਤੀ। ਫਿਰ ਅਮੈਰੀਕਾ ਇਹਨਾਂ ਨੂੰ ਸਾਰਾ ਅਸਲਾ ਦੇ ਰਿਹਾ, ਸਾਰਾ ਕੁਛ ਦੇ ਰਿਹਾ,
ਪਰ ਅਮੈਰੀਕਾ ਕਹਿੰਦਾ ਅਸੀਂ ਨਹੀਂ ਬਰਦਾਸ਼ਤ ਕਰਨਾ, ਬਾਕੀ ਦੇ ਮੁਲਕ ਕਹਿੰਦੇ ਅਸੀਂ ਬਰਦਾਸ਼ਤ ਨਹੀਂ ਕਰਦਾ ਕਿ ਸਾਡੀ ਬਾਦਸ਼ਾਹੀ ਦੇ ਅੰਦਰ ਆ ਕੇ ਦੂਜਾ ਮੁਲਕ ਸਾਡੇ ਸ਼ਹਿਰੀ ਸਿੱਖ ਨੂੰ ਜਾਂ ਕਿਸੇ ਨੂੰ ਗੋਲੀ ਮਰਵਾ ਦੇ। ਹੁਣ ਇਹ ਸਾਰੀਆਂ ਚੀਜ਼ਾਂ ਇਹ ਸਰਕਾਰ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਨੇ ਵੀ ਝੂਠੇ ਮੁਕਾਬਲੇ ਸ਼ੁਰੂ ਕਰ ਦਿੱਤੇ ਹੈਗੇ ਆ ਇੱਥੇ। ਕਦੇ ਇਹ ਆ ਜੰਡਿਆਲੇ ਦੇ ਵਿੱਚ ਮਾਰਤਾ ਬੰਦਾ, ਫਿਰ ਇੱਥੇ ਇੱਥੇ ਨੇੜੇ ਇਹ ਆਪਣੇ ਧਨੌਲੇ ਮਾਰਤਾ, ਫਿਰ ਤਲਵੰਡੀ ਫਿਰੋਜ਼ਪੁਰ ਦੀ ਮਾਰਤਾ, ਜੰਡਿਆਲੇ 'ਚ ਮਾਰਤਾ, ਜ਼ੀਰੇ 'ਚ ਮਾਰਤਾ, ਫੇਕ ਇਨਕਾਊਂਟਰ 'ਚ। ਜੇ ਕੋਈ ਗੈਂਗਸਟਰਸ ਹੈਗੇ ਹੈ ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਨੂੰ ਸਮਾਜ ਦੇ ਵਿੱਚ ਵਾਪਸ ਲੈ ਕੇ ਆਈਏ। ਐਂ ਫੜ ਫੜ ਕੇ ਫਿਰ ਇਹ ਗੈਰ ਕਾਨੂੰਨੀ ਅਨਕੋਨਸਟੀਟਿਊਸ਼ਨਲ ਚੀਜ਼ਾਂ ਨਾ ਤਾਂ ਹਾਈ ਕੋਰਟ ਮੂੰਹ ਕਰਦੀ ਹੈ ਅਤੇ ਨਾ ਸੁਪਰੀਮ ਕੋਰਟ ਦੇਖਦੀ ਹੈ ਕਿ ਸਾਡੀ ਕੋਨਸਟੀਟਿਊਸ਼ਨ ਨੂੰ ਬਰਬਾਦ ਕਰੀ ਜਾਂਦੇ ਹੈ। ਕਸ਼ਮੀਰ ਦੇ ਵਿੱਚ ਵੀ ਹੁਣ ਉੱਥੇ ਪੰਜਾਬੀ ਸਿੱਖਾਂ ਦੇ ਲਈ ਖਤਮ ਕਰ ਦਿੱਤੀ ਹੈ, ਜਦਕਿ ਭੱਜੇ ਨੱਠੇ ਪੰਡਿਤ ਨੇ ਸਿੱਖ ਕਸ਼ਮੀਰ ਤੋਂ ਹਿਜਰਤ ਨਹੀਂ ਕੀਤੀ ਪਰ ਉੱਥੇ ਪੰਜਾਬੀ ਖਤਮ ਕਰ ਦਿੱਤੀ ਹੈ। ਹੁਣ ਜਾਈਏ ਕਿੱਥੇ? ਅਸੀਂ ਕਹਿੰਦੇ ਹਾਂ ਕਿ ਬਾਰਡਰ, WTO ਕਹਿੰਦਾ ਕਿ ਬਾਰਡਰ ਖੋਲ੍ਹੋ ਇੰਟਰਨੈਸ਼ਨਲ, ਅਸੀਂ ਕਹਿੰਦੇ ਹਾਂ ਵਾਘੇ ਦਾ ਬਾਰਡਰ ਖੋਲ੍ਹ ਦਿਉ। ਉਹਦੇ 'ਚ ਕੀ ਹੈ? ਸਾਡੇ ਲਾਲਿਆਂ ਨੂੰ, ਬਾਣੀਆਂ ਨੂੰ, ਸਾਰਿਆਂ ਨੂੰ, ਜਿੰਨੇ ਵੀ ਫਾਰਮਰਸ ਨੇ ਉਹਨਾਂ ਨੂੰ ਫਾਇਦਾ ਹੋਊਗਾ ਕਿ ਬਾਰਡਰ ਖੁੱਲ੍ਹ ਗਿਆ, ਟ੍ਰੇਡ ਵਧੂਗੀ, ਮੈਨੂਫੈਕਚਰਿੰਗ ਵਧੂਗੀ, ਇਹਦੇ ਨਾਲ ਨੌਕਰੀਆਂ ਸਾਰੀਆਂ ਵਧਣਗੀਆਂ। ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੋਲ੍ਹੋ, ਜਿਹਦੇ ਨਾਲ ਸਾਡੀਆਂ ਜਿਨਸਾਂ ਬਾਹਰ ਜਾਣ, ਸਾਡੇ ਜਿਹੜੇ ਫਾਰਮਰਸ ਨੇ ਉਹਨਾਂ ਦਾ ਬਿਲਕੁਲ ਹੀ ਨਹੀਂ ਇਹਨਾਂ ਨੂੰ ਖਿਆਲ ਹੈਗਾ। ਉਹਨਾਂ ਦੀ ਇਹ ਜਿਹੜੀ ਇਹ ਲੋਨਸ ਨੇ, ਵੱਡੇ ਵੱਡੇ ਸ਼ਾਹੂਕਾਰਾਂ ਦੇ ਤਾਂ ਲੋਨਸ ਮਾਫ਼ ਕਰਤੇ, ਅਤੇ ਜੇ ਇਹਨਾਂ ਦੇ ਮਾਫ਼ ਕਰਦੇ ਇਹਦੇ 'ਚ ਕੀ ਗੱਲ ਹੈ? ਹੁਣ ਕਾਨੂੰਨ ਆਰਟੀਕਲ 14 ਕੋਨਸਟੀਟਿਊਸ਼ਨ ਦੀ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ। ਜੇ ਸਾਰੇ ਬਰਾਬਰ ਹੈ, ਜੇ ਸ਼ਾਹੂਕਾਰਾਂ ਦੇ ਲੋਨ ਮਾਫ਼ ਕੀਤੇ ਆ ਤਾਂ ਫਿਰ ਜ਼ਿਮੀਂਦਾਰਾਂ ਦੇ ਕਿਉਂ ਨਹੀਂ ਕਰਦੇ ਹੈਗੇ, ਗਰੀਬਾਂ ਦੇ ਕਿਉਂ ਨਹੀਂ ਕਰਦੇ ਹੈਗੇ? ਫਿਰ ਜਿਹੜੀ ਉਹ ਰਿਪੋਰਟ ਹੈਗੀ ਹੈ ਇਹ ਸਵਾਮੀਨਾਥਨ ਨੂੰ ਨਹੀਂ ਲਾਗੂ ਕਰਦੇ ਹੈਗੇ, ਲੋਨਸ ਨਹੀਂ ਕਰਦੇ, MSP ਨੂੰ ਕਾਨੂੰਨੀ ਜਾਮਾ ਨਹੀਂ ਬਣਾ ਰਹੇ। ਉਹਦੇ 'ਚ ਕੀ ਹਰਜ ਹੈਗਾ? ਸਾਰੀ ਦੁਨੀਆ ਨੂੰ ਅਸੀਂ ਐਕਸਪੋਰਟ ਕਰਨ ਲੱਗ ਪਏ ਹਾਂ, ਜਿੱਥੇ ਅਸੀਂ ਮੰਗਦੇ ਹੁੰਦੇ ਸੀਗੇ ਚੌਲ ਅਤੇ ਵੀਟ ਅਤੇ ਇਹ ਕਣਕ, ਅਤੇ ਦੂਸਰਾ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਹੁੰਦੀ ਸੀ। ਉੱਥੇ ਤਾਂ ਜੰਗ ਲੱਗਿਆ ਹੋਇਆ ਅਤੇ ਉੱਥੇ ਤਾਂ ਕਣਕ ਹੀ ਨਹੀਂ 2-3 ਸਾਲਾਂ ਤੋਂ ਹੋ ਰਹੀ, ਅਤੇ ਇਹ ਤਾਂ ਏਰੀਆ ਹੈਗਾ ਜਿਹੜਾ ਇਹ ਸਾਰੇ ਵਰਲਡ ਨੂੰ ਫੀਡ ਕਰਦਾ। ਸੋਰੀ, ਤੁਸੀਂ ਅੱਜ ਰੇਲਾਂ ਰੋਕਣੀਆਂ ਸੀ, ਤੁਹਾਨੂੰ ਨਜ਼ਰਬੰਦ ਕਰ ਕੀਤਾ ਗਿਆ, ਇਸ 'ਤੇ ਕੀ ਬੋਲਣਾ ਚਾਹੁੰਦਾ? ਮੈਂ ਉਹੀ ਤਾਂ ਗੱਲ ਕਰ ਲਿਆ ਨਾ ਜੀ, ਰੀਜ਼ਨ ਤਾਂ ਦੱਸ ਰਿਹਾ ਨਾ, ਉਹ ਤਾਂ ਸੁਣ ਲਓ ਮੇਰੇ, ਤੁਸੀਂ ਬਾਕੀ ਦੇ ਨਾ ਸੁਣਿਓ। ਜਿਹੜੇ ਮੈਂ ਰੀਜ਼ਨ ਦੇ ਰਿਹਾ ਕਿਉਂ ਰੇਲ ਰੋਕੋ ਕੀਤੀ ਹੈ, ਉਹਦਾ ਰੀਜ਼ਨ ਹੈ ਐਵੇਂ ਥੋੜ੍ਹੀ ਇਹ ਉੱਠ ਕੇ ਮੈਂ 12 ਵਜੇ ਰਾਤ ਦੇ ਕਹਿਤਾ ਕਿ ਰੇਲ ਰੋਕ ਦਿਉ, ਉਹਦੇ ਮੈਂ ਰੀਜ਼ਨਸ ਦੇ ਰਿਹਾ ਤਮੀਜ਼ ਦੇ ਨਾਲ, ਉਹ ਸੁਣ ਲਓ ਤੁਸੀਂ। ਫਿਰ ਇਹ ਫਾਰਮਰਸ ਨੂੰ ਇਹ ਬਾਰਡਰਾਂ ਦੇ ਉੱਤੇ ਗੋਲੀਆਂ ਮਾਰੀਆਂ ਹੈਗੀਆਂ, BJP ਨੇ, RSS ਨੇ ਇੱਕ ਜਥੇਬੰਦੀ ਮਿਲਟਰੀ ਫੋਰਸ ਅਲੀਹਦਾ ਬਣਾਤੀ ਹੈ। ਜਿਹੜਾ ਵੀ ਅਸਲਾ ਬਾਰਡਰ ਤੋਂ ਆਉਂਦਾ ਹੈ ਇਹ ਕਦੇ ਨਹੀਂ ਦੱਸਦੇ ਕਿ ਉਹ ਕਿੱਥੇ ਜਾਂਦਾ ਹੈਗਾ। ਉਹ ਸਾਰਾ ਜਿਹੜਾ RSS ਦੀ ਫੌਜ ਮਿਲਟਰੀ ਬਣ ਰਹੀ ਹੈ ਉਸ ਨੂੰ ਇਹ ਅਸਲਾ ਦੇਈ ਜਾਂਦੇ, ਉਹਨਾਂ ਨੂੰ ਟ੍ਰੇਨਿੰਗ ਦੇਈ ਜਾਂਦੀ ਹੈ, ਅਤੇ ਫਾਰਮਰਸ ਦੇ ਉੱਤੇ ਸ਼ੰਭੂਬੀ ਅਤੇ ਇੱਧਰਲੇ ਖਨੌਰੀ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਹੈਗੀਆਂ। ਉਹਨਾਂ ਦੇ
ਟਰੈਕਟਰਾਂ ਦੇ ਇੰਜਨਾਂ ਦੇ ਵਿੱਚ ਖੰਡ ਪਾ ਤੀ ਹੈ ਕਿ ਉਹ ਸੀਜ਼ ਕਰ ਜਾਣ ਇੰਜਨ, ਟਰਾਲੀਆਂ ਤੋੜਤੀ ਆ, ਉਹਨਾਂ ਦੀਆਂ ਮੋਟਰਾਂ ਤੋੜਤੀ ਹੈ। ਮੇਰਾ ਮਤਲਬ ਫਿਰ ਜ਼ੀਰੋ ਐੱਫ ਆਈ ਆਰ ਇਹ ਉੱਥੇ ਸਾਰੇ ਪੰਜਾਬ ਦੇ ਅਫਸਰ ਸੀਗੇ, ਅਤੇ ਜ਼ੀਰੋ ਐੱਫ ਆਈ ਆਰ ਮੇਰਾ ਮਤਲਬ ਕਾਹਦੇ ਲਈ ਲਾਂਚ ਕੀਤੀ ਹੈ, ਜਿਹਦਾ ਮਤਲਬ ਹੈ ਕਿ ਉਹਦੇ 'ਚ ਕੋਈ ਮੁਲਜ਼ਮ ਹੀ ਨਹੀਂ ਦਿਖਾਇਆ, ਨਾ ਤਾਂ ਉੱਥੋਂ ਦਾ ਹੋਮ ਮਿਨਿਸਟਰ ਦਿਖਾਇਆ ਵਿੱਚ, ਨਾ ਉੱਥੋਂ ਦੀ ਪੁਲਿਸ ਡੀ ਜੀ ਪੀ ਦਿਖਾਈ ਹੈ, ਨਾ ਕਿਤੇ ਸਰਕਾਰ ਦਾ ਨਾਂ ਲਿਆ, ਇਸ ਤਰ੍ਹਾਂ ਐੱਫ ਆਈ ਆਰ ਲਿਖਾਤੀ ਹੈ। ਮੇਰਾ ਮਤਲਬ ਕਹਿਣ ਦਾ ਕਿ ਕੋਈ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ, ਇਸ ਕਰਕੇ ਐੱਨ ਆਈ ਏ ਦੇ ਇੱਥੇ ਰੇਡਾਂ ਵੱਜੀ ਜਾਂਦੀਆਂ, ਈ ਡੀ ਦੀਆਂ ਰੇਡਾਂ ਵੱਜੀ ਜਾਂਦੀਆਂ, ਸੀ ਬੀ ਆਈ ਦੀਆਂ ਵੱਡੀਆਂ ਹੋ ਰਹੀਆਂ, ਜਿੰਨੇ ਵੀ ਸਾਡੇ ਸਿੱਖ ਲੀਡਰ ਹੈ ਉਹ ਡਰਦੇ ਬੀ ਜੇ ਪੀ 'ਚ ਭਰਤੀ ਹੋਈ ਜਾਂਦੇ ਹੈ, ਨਾ ਉਹਨਾਂ ਦੇ ਕੋਲ ਬੰਦਾ ਨਾ ਪਰਿੰਦਾ, ਅਤੇ ਬੀ ਜੇ ਪੀ ਕੀ ਕਰੂਗੀ ਇਹੋ ਜਿਹੇ ਬੰਦਿਆਂ ਨੂੰ ਲੈ ਕੇ, ਇਹ ਮੇਰੀ ਸਮਝ ਤੋਂ ਅਲੱਗ ਹੈ। ਪਰ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਡਰਾ ਕੇ ਧਮਕਾ ਕੇ ਬੀ ਜੇ ਪੀ 'ਚ ਵਾੜੀ ਜਾਂਦੇ ਹੈ, ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਇਹਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਵੇ। ਅਤੇ ਹੁਣ ਜ਼ਬਰਦਸਤੀ ਬਾਦਲ ਦੇ ਨਾਲ ਬੀ ਜੇ ਪੀ ਦੀ ਸੁਲਾਹ ਹੋ ਰਹੀ ਹੈ ਕਿ ਇਹ ਕਿਸੇ ਤਰ੍ਹਾਂ ਅਕਾਲੀ ਦਲ ਅੰਮ੍ਰਿਤਸਰ ਅਤੇ ਦੂਜੀਆਂ ਪਾਰਟੀਆਂ ਫਿਰ ਨਾ ਪਾਰਲੀਮੈਂਟ 'ਚ ਪਹੁੰਚ ਜਾਣ। ਜੇ ਪਾਰਲੀਮੈਂਟ 'ਚ ਅਸੀਂ ਜਾਂਦੇ ਹਾਂ ਜਿੱਥੇ ਸਾਡਾ ਹੱਕ ਹੈ ਬੋਲਣ ਦਾ, ਉੱਥੇ ਮੈਨੂੰ ਸਿਮਰਨਜੀਤ ਸਿੰਘ ਮਾਨ ਨੂੰ ਬੋਲਣ ਹੀ ਨਹੀਂ ਦਿੰਦੇ, ਉੱਥੋਂ ਦਾ ਸਪੀਕਰ ਬਿਰਲਾ ਸਾਹਿਬ ਉਹ ਕਹਿੰਦਾ ਨਹੀਂ ਉਹ ਤਾਂ ਦੇਖਦਾ ਹੀ ਸਰਕਾਰ ਵਾਲੇ ਪਾਸੇ, ਸਾਡੇ ਵੱਲ ਤਾਂ ਦੇਖਦਾ ਹੀ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ, ਇਹ ਕੋਈ ਪ੍ਰੋਜੈਕਟ ਨਹੀਂ ਸਾਡੇ ਪੰਜਾਬ ਦੇ ਵਿੱਚ ਲਾਇਆ, ਸਾਡੇ ਹੈੱਡਵਰਕ ਸਾਨੂੰ ਨਹੀਂ ਦਿੰਦੇ, ਸਾਡੇ ਪੰਜਾਬੀ ਇਲਾਕੇ ਜਿਹੜੇ ਹਿਮਾਚਲ 'ਚ ਹੈ, ਚੰਡੀਗੜ੍ਹ ਹੈ, ਰਾਜਸਥਾਨ 'ਚ ਹੈ, ਹਰਿਆਣਾ 'ਚ ਹੈ, ਉਹਦੀ ਗੱਲ ਨਹੀਂ ਕਰਦੇ ਹੈਗੇ। ਪਾਣੀ ਸਾਡੇ ਲਈ ਜਾਂਦੇ ਹੈ ਰਿਪੇਰੀਅਨ ਲਾਅ ਦੇ ਖਿਲਾਫ, ਕੋਨਸਟੀਟਿਊਸ਼ਨ ਦੇ ਖਿਲਾਫ, ਤਾਂ ਮੇਰਾ ਮਤਲਬ ਹੈ ਕਿਹੜੇ ਪਾਸੇ ਅਸੀਂ ਜਾਈਏ? ਇਹ ਡਿਬਰੂਗੜ੍ਹ ਇਹ ਜੇਲ੍ਹ ਉੱਥੇ ਨਹੀਂ ਜਾਣ ਦਿੰਦੇ। ਮਾਨ ਸਾਹਿਬ ਤੁਸੀਂ ਆਪਣਾ ਜਿਹੜਾ ਹੈਗਾ ਵੀ ਜਿਹੜਾ ਐਮ ਪੀ ਦੇ ਅੱਜ ਤੁਹਾਨੂੰ ਅਰੈਸਟ ਹਾਊਸ ਕੀਤਾ ਇਹਨਾਂ ਨੇ, ਪੰਜਾਬ ਸਰਕਾਰ ਨੇ ਕੀ ਇਹ ਥੋੜ੍ਹੀ ਕਿ ਐਮ ਪੀ ਨੂੰ ਅਰੈਸਟ ਹਾਊਸ ਕਰਨਾ ਅਲਮਾਨ ਕੀਤੀ? ਮੈਂ ਤੁਹਾਨੂੰ ਸਾਰੇ ਤੋਂ ਦੱਸ ਦਿੰਦਾ, ਮੈਨੂੰ ਤਾਂ ਪਾਰਲੀਮੈਂਟ 'ਚ ਨਹੀਂ ਬੋਲਣ ਦਿੰਦੇ ਜੀ, ਇੱਥੇ ਤਾਂ ਹਾਊਸ ਅਰੈਸਟ ਤਾਂ ਬਹੁਤ ਸਿੰਪਲ ਹੈ, ਮੈਨੂੰ ਤਾਂ ਪਾਰਲੀਮੈਂਟ 'ਚ ਨਹੀਂ ਬੋਲਣ ਦਿੰਦੇ ਇਹ, ਉੱਥੇ ਅੜ ਜਾਂਦੇ ਆ ਕਿ ਤੈਨੂੰ ਟਾਈਮ ਹੀ ਨਹੀਂ ਦੇਣਾ, ਕਿਉਂ ਕਰਕੇ ਤੂੰ ਸਿੱਖਾਂ ਦੀ ਗੱਲ ਕਰੇਗਾ? ਜਿਹੜੇ ਸਿੱਖ ਬਾਹਰ ਮਾਰੇ ਆ ਮੁਲਕਾਂ ਦੇ ਵਿੱਚ, ਕੈਨੇਡਾ, ਯੂਕੇ ਦੇ ਵਿੱਚ ਅਤੇ ਪਾਕਿਸਤਾਨ ਦੇ ਵਿੱਚ, ਉਹਨਾਂ ਦੀ ਗੱਲ ਕਰੇਗਾ ਕਿ ਸਾਡੀ ਬੇਇੱਜ਼ਤੀ ਹੋਊਗੀ? ਬੇਇੱਜ਼ਤੀ ਕਾਹਦੀ ਹੋਊਗੀ? ਲੋਕਾਂ ਨੂੰ ਪਤਾ ਲੱਗੂਗਾ ਕਿ ਇੱਥੋਂ ਦਾ ਐਮ ਪੀ ਇਹ ਗੱਲ ਕਰ ਰਿਹਾ, ਮੇਰੇ ਸੰਗਰੂਰ ਦੇ ਵਿੱਚ ਇੱਥੇ ਕਤਲ ਕਰਤਾ ਉਹਦਾ ਇਹ ਕਾਲੇ ਦਾ ਇੱਥੇ ਧਨੌਲੇ, ਫਿਰ ਉਹ ਜਿਹੜਾ ਸਿੱਧੂ ਸੀਗਾ ਉਹਨੂੰ ਨਜਾਇਜ਼ ਫੜ ਕੇ ਇਹ ਕਿੰਨੇ ਦਿਨ ਉਹਦੇ ਮੁਕੱਦਮੇ ਬਣਾ ਤੇ, ਇੱਥੇ ਲਾਅ ਐਂਡ ਆਰਡਰ ਪ੍ਰੋਬਲਮ ਬਣਾ ਤਾ, ਸਾਡੇ ਦੁਕਾਨਦਾਰ ਡਰ ਗਏ ਕਿ ਇੱਥੇ ਤਾਂ ਲੋਕ ਫਿਰ ਇਹ ਸਟਰੀਟਸ ਦੇ ਉੱਤੇ ਆ ਗਏ ਹੈ। ਮੇਰਾ ਮਤਲਬ ਹੈ ਕਿ ਸਾਡੇ ਜਿਹੜੇ ਇਹ ਲਾਲੇ ਬਣ ਗਏ ਹੈ, ਸ਼ਹਿਰੀ ਹੈ, ਉਹਨਾਂ ਨੂੰ ਡਰਾਉਣ ਦਾ ਕੀ ਮਤਲਬ? ਉਹ ਜਿਹੜਾ ਭਾਣਾ ਸਿੱਧੂ ਹੈ, ਇਹ ਭਾਣਾ ਸਿੱਧੂ ਸੀ ਨਾ, ਉਹਦੇ ਉੱਤੇ ਉਹਦੇ ਕੋਟ ਦੂਨੇ ਦਾ ਉਹਦੇ ਉੱਤੇ ਝੂਠੇ ਕੇਸ ਕਰਤੇ, ਫਿਰ ਉਹ ਵਾਪਸ ਲੈ ਲਏ। ਸਾਨੂੰ ਕੀ ਸਮਝਦੇ ਅਸੀਂ ਕ੍ਰਿਮੀਨਲਸ ਹੈ? ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕਦੇ ਉੱਥੋਂ ਦੇ ਅਸਾਮ ਦੇ ਬੰਦਿਆਂ ਨਾਲ ਗੱਲ ਕਰ ਲੈਂਦੇ ਆ, ਕਦੇ ਇੱਧਰਲੇ ਬੰਦਿਆਂ ਨਾਲ ਗੱਲ ਕਰ ਦਿੰਦੇ ਆ, ਸਾਨੂੰ ਤਾਂ ਟਿੱਚ ਕਰਕੇ ਸਮਝਦੇ ਆ ਜੀ। ਗੈਂਗਸਟਰ ਦੀ ਤੁਸੀਂ ਗੱਲ ਕੀਤੀ ਹੈ, ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ, ਹਾਂ ਵੀ ਗੈਂਗਸਟਰ ਨਾਲ ਗੱਲਬਾਤ ਕਰਨੀ ਚਾਹੀਦੀ ਆ, ਜ਼ਰੂਰੀ ਹੈ, ਤਾਂ ਉਹ ਇਹ ਉਹੀ ਗੈਂਗਸਟਰ ਨੇ ਜਿਨ੍ਹਾਂ ਨੇ ਜੀ ਉਹਨੂੰ ਸਿੱਧੂ ਮੂਸੇ ਨੂੰ ਮਾਰਿਆ, ਉਹਦੇ ਨਾਲ ਵੀ ਗੱਲਬਾਤ ਕਰਨੀ ਚਾਹੀਦੀ, ਸਾਰਿਆਂ ਨਾਲ ਗੱਲਬਾਤ ਕਰੋ ਜੀ, ਸਾਰਿਆਂ ਨੂੰ ਲੈ ਕੇ ਆਓ ਅੰਦਰ, ਪਰ ਉਹਨਾਂ ਨੂੰ ਸਜ਼ਾ ਵੀ ਤਾਂ ਹੋਊਗੀ, ਉਹਨਾਂ ਨੂੰ ਭਾਈ ਸਾਹਿਬ ਸਜ਼ਾ ਵੀ ਤਾਂ ਹੋਊਗੀ ਨਾ, ਪਰ ਉਹਨਾਂ ਨੂੰ ਫਿਰ ਸੁਸਾਇਟੀ ਦੇ ਵਿੱਚ ਆਪਾਂ ਇੰਟਰੋਡਿਊਸ ਕਰਾਂਗੇ। ਇਹ ਤਾਂ ਨਹੀਂ ਹੈ ਕਿ ਤੁਸੀਂ ਰਿਪੋਰਟਰ ਹੋ, ਤੁਹਾਨੂੰ ਪਤਾ ਹੀ ਨਹੀਂ, ਤੁਹਾਨੂੰ ਆਖੇ ਗੋਲੀ ਕੋਈ ਮਾਰ ਦੇਵੇ, ਐਂ ਤਾਂ ਨਹੀਂ ਨਾ ਹੋਣਾ ਚਾਹੀਦਾ ਸਮਾਜ ਦੇ ਵਿੱਚ।
ਸਮਾਜ ਦੇ ਵਿੱਚ ਤਾਂ ਗੋਲੀ ਤਾਂ ਵੱਜਣੀ ਚਾਹੀਦੀ ਹੈ ਜੇ ਕਿਸੇ ਨੂੰ ਸ਼ਿਕਾਇਤ ਹੋਵੇ ਜਾਂ ਕਿਸੇ ਨੂੰ ਦਬਕਾ ਆਵੇ ਜਾਂ ਕੁਛ ਆਵੇ, ਚੁੱਪ ਕਰਕੇ ਕੋਈ ਮਾਰ ਜਾਂਦਾ। ਇਹੋ ਜਿਹਾ ਇਹ ਪੰਜਾਬ ਥੋੜ੍ਹੀ ਆਪਾਂ ਚਾਹੁੰਦੇ। ਹਰਿਆਣੇ ਦੇ ਵਿੱਚ ਦੇਖ ਲਓ ਕਿੰਨੇ ਕਤਲ ਹੋ ਗਏ। ਉਹ ਰਾਥੀ ਦਾ ਕਤਲ ਹੋ ਗਿਆ ਜਿਹੜਾ ਇਹ ਲੀਡਰ ਸੀਗਾ, ਫਿਰ ਅੱਜ ਫਿਰ ਇੱਕ ਸਰਪੰਚ ਨੂੰ ਮਾਰਤਾ, ਇੱਕ ਗੁੜਗਾਓਂ ਦੇ ਵਿੱਚ ਬੰਦਾ ਮਾਰਤਾ ਹੈ। ਮੇਰਾ ਮਤਲਬ ਤੁਸੀਂ ਇਹੋ ਜਿਹਾ ਰਾਜ ਚਾਹੁੰਦੇ ਹੋ ਜਿੱਥੇ ਇਹ ਬੰਦੇ ਛੁਪੇ ਹੋਏ ਜਾ ਕੇ ਲੋਕਾਂ ਨੂੰ ਮਾਰ ਦੇਣ, ਉਹਨਾਂ ਨੂੰ ਅੰਦਰ ਆਪਾਂ ਸੁਸਾਇਟੀ ਦੇ ਵਿੱਚ ਲੈ ਕੇ ਆਈਏ, ਉਹਨਾਂ ਨੂੰ ਜਿਹੜੀ ਇਹ ਪਨਿਸ਼ਮੈਂਟ ਮਿਲਦੀ ਆ ਉਹ ਤਾਂ ਮਿਲੂਗੀ, ਪਰ ਫਿਰ ਬੇਲ ਜਿਹੜਾ ਇਹ ਆਸਾਦ ਹੈ ਸਰਸੇ ਵਾਲਾ, ਉਹਨੇ ਇੰਨੇ ਮਾੜੇ ਕੰਮ ਕੀਤੇ ਆ, ਸਿੱਖਾਂ ਨੂੰ ਕਤਲ ਕੀਤਾ, ਸਿੱਖਾਂ ਦੇ ਖਿਲਾਫ਼ ਬੋਲਦਾ ਹੈ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹਨੂੰ ਇਹ ਬੇਲ ਦੇ ਉੱਤੇ ਛੱਡੀ ਜਾਂਦੇ ਆ ਜੀ, ਇਹ ਕੀ ਗੱਲ ਹੈ ਜੀ। ਮੇਰਾ ਮਤਲਬ ਕਿਤੇ ਨਾ ਕਿਤੇ ਤੁਸੀਂ ਕਦੇ ਵੀ, ਤੁਸੀਂ ਸਾਰੇ ਇੰਡੀਪੈਂਡੈਂਟ ਸ਼ਾਇਦ ਹੈਗੇ ਹੋ ਨਿਊਜ਼ਮੈਨ, ਕਦੇ ਵੀ ਸਿੱਖ ਕੌਮ ਦੀ ਗੱਲ ਕਿਤੇ ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਹੋਈ ਹੈ? ਹੁਣ ਅੱਜ ਦੇਖਦੇ ਹਾਂ ਜੀ ਕੀ ਰਿਸਪੋਂਸ ਹੈ ਇਹ ਰੇਲਵੇ ਦਾ, ਅਤੇ ਅਸੀਂ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ ਜਦੋਂ ਜਾਇਦਾ, ਉਹਨਾਂ ਤਾਂ ਪੂਰੀ ਸਪੋਰਟ ਦਿੱਤੀ ਹੋਈ ਹੈ। ਤਦੇ ਅਸੀਂ ਆਖਿਆ ਕਿ ਸਾਰੇ ਇਕੱਠੇ ਹੋ, ਇਕੱਠੇ ਹੋ, ਇਕੱਠੇ ਕਹਿ ਕੇ ਅੱਜ ਉਹ ਇੱਕ ਮੰਚ ਦੇ ਉੱਤੇ ਆ ਗਏ ਹੈ। ਸਾਨੂੰ ਸ਼ਾਂਤੀ ਹੈ ਅਤੇ ਇਹਨਾਂ ਦੀਆਂ ਮੰਗਾਂ ਜਾਇਜ਼ ਹੈਗੀਆਂ, ਇਹ ਮੰਨ ਜਾਣੀਆਂ ਚਾਹੀਦੀਆਂ ਸਰਕਾਰ ਨੂੰ। ਮਨ ਸਾਹਿਬ ਤੁਹਾਡੇ ਕੋਲ ਇਲੈਕਸ਼ਨ ਦੀ ਕੀ ਤਿਆਰੀ ਹੈ, MP ਚੋਣਾਂ ਦੁਬਾਰੇ ਆ ਰਹੀਆਂ? ਉਹ ਤਾਂ ਤੁਸੀਂ ਇੱਥੋਂ ਦੇ ਹੋ, ਪਿੰਡ ਪਿੰਡ 'ਚ ਅਸੀਂ ਤਾਂ ਸਾਡੇ ਕਾਰਡਸ ਪਹੁੰਚੇ ਹੋਏ ਆ, ਅਸੀਂ ਸਾਰੇ ਗ੍ਰਾਂਟਸ ਮੰਡੇ ਹੋਏ ਆ, ਸਾਰੇ ਪਾਸੇ ਇਹ ਤਿਆਰੀ ਹੈ ਸਾਡੀ। ਕੌਸ਼ਲ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ। ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ ਹੈ, ਕਾਨੂੰਨ ਇਹ ਕਹਿੰਦਾ ਕਿ ਕਿਸੇ ਕੋਲ ਅਧਿਕਾਰ ਨਹੀਂ ਹੈਗਾ ਕਿ ਕਿਸੇ ਵੀ ਗੈਂਗਸਟਰ ਨੂੰ ਫੂਕ ਦਿਓ, ਗੋਲੀ ਮਾਰ ਕੇ ਮਾਰ ਦਿਓ। ਉਹਨਾਂ ਕੋਲ ਪੁਲਿਸ ਵੀ ਕਾਨੂੰਨ ਦੇ ਅਧੀਨ ਆਉਂਦੀ ਹੈ, ਪੁਲਿਸ ਉਹਨਾਂ ਦਾ ਟ੍ਰਾਇਲ ਲਵੇ, ਕੋਰਟ 'ਚ ਉਹਨਾਂ ਨੂੰ ਪੇਸ਼ ਕਰੇ ਅਤੇ ਦੇਸ਼ ਦਾ ਕਾਨੂੰਨ ਦੱਸੇ ਕਿ ਉਹਨਾਂ ਨਾਲ ਕੀ ਹੋਣਾ ਚਾਹੀਦਾ। ਮੇਰਾ ਤਾਂ ਸਵਾਲ ਬਾਈ ਜੀ ਇਹ ਸੀ ਵੀ ਗੈਂਗਸਟਰ ਸਮਾਜ ਦੇ ਵਿੱਚ ਆਉਣ ਵਾਲਾ ਨਹੀਂ ਹੁੰਦਾ, ਜਿਹਦੇ ਉੱਪਰ ਕਤਲ ਦੇ ਇੰਨੇ ਕੀ ਨਾ, ਪਰ ਜਦੋਂ ਉਹ ਕੀਤਾ ਤਾਂ ਉਹਨੂੰ ਆਪਾਂ ਸਮਾਜ 'ਚ ਨਹੀਂ ਨਾ ਲਿਆ ਸਕਦੇ। ਨਹੀਂ ਫਿਰ ਸਵਾਲ, ਫਿਰ ਜੇ ਉਹ ਬੰਦੇ ਦੇ ਪੁੱਤ ਬਣ ਜਾਣ ਯਾਰ, ਫਿਰ ਕੀ ਹੈ ਇਹ? ਉਹ ਸਹੀ ਹੈ, ਹਾਂ ਫਿਰ, ਪਰ ਇਹ ਵੀ ਮੈਨੂੰ ਲੱਗਦਾ ਨਹੀਂ ਹੈਗਾ ਆਪਾਂ, ਮਤਲਬ ਮੇਰਾ ਸਿਰਫ ਇਹ ਤੁਹਾਡੇ ਖਿਆਲਾਤ ਹੈ, ਮੇਰੇ ਖਿਆਲਾਤ ਹੋਰ ਹੈ। ਨਹੀਂ ਮੈਂ ਤਾਂ ਕਿ ਇਹਨਾਂ ਨੂੰ ਆਪਾਂ ਸਮਾਜ ਦੇ ਵਿੱਚ ਵਾੜੀਏ, ਨਹੀਂ ਤਾਂ ਐਵੇਂ ਗੋਲੀ ਮਾਰ ਦਿੰਦੇ ਆ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ, ਤੁਹਾਨੂੰ ਮਾਰ ਦੇਣ ਕੱਲ ਨੂੰ ਇਹ ਬਗੈਰ ਉਹਦੇ ਉੱਤੇ ਦੇਖੋ ਸਾਰੇ ਅਫਸਰ ਪੰਜਾਬ ਦੇ ਉੱਥੇ ਹਾਜ਼ਰ ਸੀਗੇ ਬਾਰਡਰ ਦੇ ਉੱਤੇ, ਉੱਥੇ ਸਾਰੇ ਪੁਲਿਸ ਦੇ ਮਹਿਕਮੇ ਦੇ ਸੀਗੇ, DC ਸੀਗੇ ਸਾਰੇ। ਫਿਰ 0 FIR ਦਾ ਕੀ ਮਤਲਬ ਹੈ? ਜਿਹੜਾ ਹਰਿਆਣੇ ਦਾ ਹੋਮ ਮਿਨਿਸਟਰ ਹੈ ਅਤੇ BJP ਹੈ ਅਤੇ ਹਰਿਆਣੇ ਦੀ ਪੁਲਿਸ ਹੈ ਅਤੇ ਸੈਂਟਰ ਦੀ ਹੋਮ ਮਿਨਿਸਟਰੀ ਹੈ ਅਤੇ ਜਿਹੜੇ RSS ਦੇ ਬਦਮਾਸ਼ ਨੇ, ਜਿਹੜਾ ਇਹਨਾਂ ਨੇ ਨਵਾਂ ਵਿੰਗ ਬਣਾਇਆ ਮਿਲਟਰੀ ਵਿੰਗ, ਉਹਨਾਂ ਨੂੰ, ਉਹਨਾਂ ਦੇ ਉੱਤੇ ਉਹਨਾਂ ਦੇ ਨਾਂ ਕਿਉਂ ਨਹੀਂ ਲਿਖੇ ਗਏ?